SHO ਫਲੋਰ। ਪ੍ਰੇਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣੇਦਾਰ ਸੁਖਦੇਵ ਸਿੰਘ ਦੇ ਸਾਥੀ ਪੁਲਿਸ ਕਰਮਚਾਰੀਆਂ ਦੀ ਚੈਕਿੰਗ ਦੇ ਦੌਰਾਨ ਦੋ ਵਿਅਕਤੀਆਂ ਕੋਲੋਂ 20 ਕਿਲੋ ਡੋਡੇ ਬਰਾਮਦ ਹੋਏ। ਉਹਦੇ ਨਾਲ ਹੀ ਦੂਜੇ ਇੱਕ ਕੇਸ ਦੇ ਵਿੱਚ ਇੱਕ ਔਰਤ ਨੂੰ ਕਾਬੂ ਕੀਤਾ ਗਿਆ, ਜਿਸ ਦੀ ਤਲਾਸ਼ੀ ਦੇ ਦੌਰਾਨ 20 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਪੁਲਿਸ ਨੇ ਐਕਸਾਈਜ਼ ਐਕਟ ਦੇ ਅਧੀਨ ਕੇਸ ਦਰਜ ਕਰ ਲਿਆ ਹੈ ਅਤੇ ਪਹਿਲੇ ਕੇਸ 'ਚ NDPC ਐਕਟ ਦਾ ਕੇਸ ਦਰਜ ਕਰ ਲਿਆ ਹੈ। ਫਲੋਰ ਤੋਂ ਰਾਜਕੁਮਾਰ ਨੰਗਲ। ਪਾਰਟੀ ਸੁਖਦੇਵ ਸਿੰਘ ਸੰਸਕ੍ਰਿਤ ਦੀ ਦਰਸ਼ਨ ਪੜਾਉਣ ਨਾਕੇ 'ਤੇ ਲੱਗੀ ਸੀਗੀ। ਦੋ ਬੰਦਿਆਂ ਨੂੰ ਰੋਕਿਆ, ਜਿਨ੍ਹਾਂ ਦੇ ਪਾਸੋਂ 20 ਕਿਲੋ ਡੁੱਡੇ ਬਰਾਮਦ ਹੋਏ ਨੇ। ਇੱਕ ਤਰਨ ਕੁਮਾਰ ਅਤੇ ਦੂਜਾ ਸੁਰਿੰਦਰ ਸਿੰਘ ਹੈ, ਜੋ ਸੀਤਪੁਰ ਸਿੰਘ ਦੇ ਰਹਿਣ ਵਾਲੇ ਨੇ। ਬਾਕੀ ਉੱਧਰ ਕਾਰਡ ਦੀ ਪੜਤਾਲ ਕਰ ਰਹੇ ਹਾਂ। ਇਹਨਾਂ ਪਾਸੋਂ ਹੁਣ ਤੱਕ 20 ਕਿਲੋ ਰਿਕਵਰੀ ਹੋਈ ਹੈ, ਜਿਨ੍ਹਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਤਫਤੀਸ਼ ਜਾਰੀ ਹੈ। ਹਾਂਜੀ ਸਰ, ਅੱਜ ਸਾਡੀ ਪੁਲਿਸ ਪਾਰਟੀ ਨੇ, ਜਿਹਦਾ ਇੰਚਾਰਜ ਸੀ ਬਲਵਿੰਦਰ ਸਿੰਘ ਸੀਗਾ, ਦੋ ਬੰਦੇ ਸੀਗੇ ਜਿਨ੍ਹਾਂ ਪਾਸੋਂ 60 ਬੋਤਲਾਂ ਮਾਰਕਾ ਦੇਸੀ ਠੇਕੇ ਦੀ ਰਿਕਵਰ ਕੀਤੀ ਹੈ। ਇਹ ਬੰਦੇ ਬਾਹਰੋਂ ਸ਼ਰਾਬ ਲਿਆ ਕੇ ਆਪਣੇ ਇਲਾਕੇ ਦੇ ਵਿੱਚ ਸਸਤੇ ਭਾਅ ਲੈ ਕੇ ਮਹਿੰਗੇ ਭਾਅ ਵੇਚਦੇ ਸੀਗੇ, ਜਿਨ੍ਹਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਤਫਤੀਸ਼ ਜਾਰੀ।